ਅਗਲੀ ਖਬਰ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਜਿਹੜਾ ਸੇਲਫੋਰਸ ਕੰਪਨੀ ਆ ਉਹਨਾਂ ਦਾ ਟਾਵਰ 1070 ਫੁੱਟ ਉੱਚਾ ਹੈਗਾ ਜਦੋਂ ਤੁਸੀਂ ਜਾਣਦੇ ਆ ਸੈਨ ਫਰਾਂਸਿਸਕੋ ਨੂੰ ਬਿਲਕੁਲ ਲੈਫਟ ਸਾਈਡ ਤੇ ਜਦੋਂ ਵੇਰੀਏ ਤੋਂ ਜਾਣਦੇ ਆ ਦੇਖ ਸਕਦੇ ਆ ਬਹੁਤ ਉੱਚਾ ਆ ਤੇ ਉੱਥੇ ਅੱਜ ਇੱਕ ਬੰਦਾ ਜਿਹੜਾ ਆ ਉਸ ਟਾਵਰ ਦੇ ਉੱਤੇ ਚੜ ਗਿਆ ਮੈਸਨ ਬੇਸ ਕਾ ਚੇਮਸ ਨਾਮ ਦੇ ਇਸ ਬੰਦਾ ਜਿਹੜਾ ਆ ਇਹ ਪ੍ਰੋ ਲਾਈਫ ਸਪਾਈਡਰਮੈਨ ਕਰਕੇ ਜਾਣਿਆ ਜਾਂਦਾ ਆ ਕਹਿੰਦਾ ਵੀ ਉਹਦਾ ਉਸ ਟਾਵਰ ਦੇ ਉੱਤੇ ਚੜਨ ਦਾ ਮੇਨ ਕਾਰਨ ਇਹ ਆ ਵੀ ਜਿਹੜਾ ਡਾਕੂਮੈਂਟ ਲੀਕ ਹੋਇਆ ਜਿਹਦੇ ਮੁਤਾਬਕ ਜਿਹੜਾ ਰੋ ਵਰਸਸ ਵੇਡ ਉਸ ਨੂੰ ਰਿਵਰਸ ਕਰ ਦੇਣਾ ਆ ਉਸ ਦੇ ਸਬੰਧ ਦੇ ਵਿੱਚ ਉਸਨੇ ਆਪਣਾ ਪ੍ਰੋਟੈਸਟ ਫਾਈਲ ਕੀਤਾ ਸੀ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਨੇ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਜਿਹੜਾ ਆ ਉੱਥੋਂ ਲਾਇਆ ਤੇ ਉਹਦੇ ਹੁਣ ਦੋ ਚਾਰਜਸ ਲਾਏ ਗਏ ਆ ਇੱਕ ਮਿਸਟਮੀਨਰ ਦਾ ਇੱਕ ਟ੍ਰੈਸ ਪਾਸਿੰਗ ਦਾ ਤੇ ਰਜਿਸਟਿੰਗ ਪੁਲਿਸ ਇਨਵੈਸਟੀਗੇਸ਼ਨ ਜੀ ਸੋ ਉਸ ਮਾਮਲੇ ਦੇ ਵਿੱਚ ਵੀ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਗੇ ਸੁਪਰੀਮ ਕੋਰਟ ਦਾ ਜਿਹੜੇ ਜਸਟਿਸ ਦਾ ਡਰਾਫਟ ਲੀਕ ਹੋਇਆ ਆ ਉਸ ਦੇ ਵਿੱਚ ਵਿਵਾਦ ਜਿਹੜਾ ਉਹ ਜ਼ਰੂਰ ਇਸ ਟਾਈਮ ਭਾਖਿਆ ਵੀ ਕਿੰਨੇ ਲੀਕ ਕੀਤਾ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਪਈਆਂ ਨੇ ਜਸਟਿਸ ਰੌਬਰਟਸ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਵੀ ਇਹ ਜਿਹੜਾ ਡਰਾਫਟ ਲੀਕ ਹੋਇਆ ਉਹਨਾਂ ਦਾ ਹੀ ਲਿਖਿਆ ਆ ਤੇ ਜਾਂਚ ਦੇ ਜਿਹੜੇ ਆਦੇਸ਼ ਆ ਉਹਨਾਂ ਨੇ ਆਲਰੇਡੀ ਇਸ ਬਾਬਤ ਦੇ ਦਿੱਤੇ ਆ ਪਰ ਇਸ ਟਾਈਮ ਪੂਰਾ ਗਹਿਗਾਚ ਮੁਕਾਬਲਾ ਜਿਹੜਾ ਉਹ ਹੋ ਰਿਹਾ ਆ ਪ੍ਰੋ ਲਾਈਫ ਤੇ ਜਿਹੜੀ ਪ੍ਰੋ ਚੋਇਸ ਆ ਉਹ ਦੋਨੋਂ ਹੀ ਕਹਿ ਸਕਦੇ ਆਂ ਵੀ ਐਕਟਿਵਿਸਟ ਉਹਨਾਂ ਦੋਨਾਂ ਦੇ ਉਹਨਾਂ ਦੇ ਦਰਮਿਆਨ ਬਹੁਤ ਸਾਰੀਆਂ ਜਿਹੜੀਆਂ ਔਰਤ ਸੈਨੇਟਰਸ ਹੈਗੀਆਂ ਆ ਉਹਨਾਂ ਨੇ ਵੀ ਪ੍ਰੋ ਚੋਇਸ ਦੀ ਇਸ ਦੇ ਵਿੱਚ ਗੱਲ ਕੀਤੀ ਜਿਨ੍ਹਾਂ ਚ ਐਲਿਜ਼ਾਬੈਥ ਵਾਰਨ ਵੀ ਜਿਹੜੀ ਉਹ ਸ਼ਾਮਿਲ ਆ ਉਧਰ ਸੈਨੇਟਰਸ ਕੋਲਿੰਸ ਤੇ ਸੈਨੇਟਰ ਮਰਕੋਸਕੀ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਵੀ ਉਸ ਟਾਈਮ ਦੇਤੇ ਜਿਹੜੇ ਕੈਬਿਨਾਟ ਤੇ ਦੂਜੇ ਟਰੰਪ ਅਪਾਇੰਟਡ ਜਸਟਿਸਸ ਆ ਉਹਨਾਂ ਨੇ ਤਾਂ ਇਹ ਕਿਹਾ ਸੀਗਾ ਇਹਨਾਂ ਦਾ ਸਾਥ ਸਦੋ ਦਿੱਤਾ ਸੀ ਇਹਨਾਂ ਸੈਨੇਟਰਸ ਨੇ ਵੀ ਉਹਨਾਂ ਦੇ ਤੇ ਇਹ ਕਿਹਾ ਸੀਗਾ ਵੀ ਰੋ ਵਰਸਸ ਵੇਡ ਜਿੱਦਾਂ ਹੈਗਾ ਆ ਉਦਨੇ ਰਹਿਣਾ ਚਾਹੀਦਾ ਆ ਉਸ ਦੇ ਵਿੱਚ ਉਹ ਸੈਟਲਡ ਲਾ ਆ ਪਰ ਹੁਣ ਆਪਣੀਆਂ ਕਈਆਂ ਗੱਲਾਂ ਤੋਂ ਉਹ ਮੁਕਰ ਰਹੇ ਆ ਉਹ ਪਿੱਛੇ ਨੂੰ ਜਿਹੜਾ ਉਹ ਜਾ ਰਹੇ ਆ ਸੋ ਸੂਜ਼ਨ ਕੋਲਿੰਸ ਨੇ ਵੀ ਇਹ ਜਿਹੜਾ ਮੁੱਦਾ ਹੈ ਉਹ ਚੱਕਿਆ ਸੀਗਾ ਪਰ ਇਸ ਟਾਈਮ ਸਿਆਸਤ ਜਿਹੜੀ ਅਬੋਰਸ਼ਨ ਲਾਜ਼ ਨੂੰ ਲੈ ਕੇ ਕਾਫੀ ਜ਼ਿਆਦਾ ਪੱਕ ਚੁੱਕੀ ਹੈਗੀ ਆ ਸੋ ਹੋਰ ਵੀ ਬਹੁਤ ਸਾਰੇ ਜਿਹੜੇ ਸੂਬੇ ਆ ਇਦਾਂ ਦੇ ਟ੍ਰਿਗਰ ਲਾਜ਼ ਜਿਹੜੇ ਹੁਣ ਬਣਾ ਸਕਦੇ ਆ ਜੇ ਰੋ ਵਰਸਸ ਵੇਡ ਸਕ੍ਰੈਪ ਹੁੰਦਾ ਆ ਉਸ ਨੂੰ ਓਵਰਟਰਨ ਕੀਤਾ ਜਾਂਦਾ ਹੈ ਤੇ ਫਿਰ ਸੂਬਿਆਂ ਦੇ ਕੋਲ ਅਧਿਕਾਰ ਜਿਹੜਾ ਉਹ ਹੋਵੇਗਾ ਆਪੋ ਆਪਣੇ ਪੱਧਰ ਦੇ ਹਿਸਾਬ ਦੇ ਨਾਲ ਅਬੋਰਸ਼ਨ ਦੇ ਕਾਨੂੰਨ ਬਣਾਉਣ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਨੇ ਨਿਊਜ਼ਸਮ ਵੀ ਇਸ ਰੌੜੇ ਰੱਪੇ ਦੇ ਵਿੱਚ ਖੁੱਦੇ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਸੂਬੇ ਦੇ ਵਿੱਚ ਜਿਹੜਾ ਅਬੋਰਸ਼ਨ ਦਾ ਹੱਕ ਆ ਉਸ ਨੂੰ ਇਸੇ ਤਰੀਕੇ ਦੇ ਨਾਲ ਬਰਕਰਾਰ ਰੱਖਾਂਗੇ ਅਗਲੀ ਖਬਰ ਸੈਂਟ ਫਰਸਿਸਕੋ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਜਿਹੜਾ ਸੇਲਸ ਫੋਰਸ ਕੰਪਨੀ ਆ ਉਹਨਾਂ ਦਾ ਟਾਵਰ 1070 ਫੁੱਟ ਉੱਚਾ ਹੈਗਾ ਜਦੋਂ ਤੁਸੀਂ ਜਾਂਦੇ ਆ ਸੈਨ ਫਰਸਿਕੋ ਨੂੰ ਬਿਲਕੁਲ ਲੈਫਟ ਸਾਈਡ ਤੇ ਜਦੋਂ ਵੇਰੀਏ ਤੋਂ ਜਾਂਦੇ ਆ ਦੇਖ ਸਕਦੇ ਆ ਬਹੁਤ ਉੱਚਾ ਆ ਤੇ ਉੱਥੇ ਅੱਜ ਇੱਕ ਬੰਦਾ ਜਿਹੜਾ ਆ ਉਸ ਟਾਵਰ ਦੇ ਉੱਤੇ ਚੜ ਗਿਆ ਮੈਸਨ ਬੇਸ ਕਾ ਚੇਮਸ ਨਾਮ ਦੇ ਇਸ ਬੰਦਾ ਜਿਹੜਾ ਆ ਇਹ ਪ੍ਰੋ ਲਾਈਫ ਸਪਾਈਡਰਮੈਨ ਕਰਕੇ ਜਾਣਿਆ ਜਾਂਦਾ ਆ ਕਹਿੰਦਾ ਵੀ ਉਹਦਾ ਉਸ ਟਾਵਰ ਦੇ ਉੱਤੇ ਚੜਨ ਦਾ ਮੇਨ ਕਾਰਨ ਇਹ ਆ ਵੀ ਜਿਹੜਾ ਡਾਕੂਮੈਂਟ ਲੀਕ ਹੋਇਆ ਜਿਹਦੇ ਮੁਤਾਬਕ ਜਿਹੜਾ ਰੋ ਵਰਸਸ ਵੇਡ ਉਸ ਨੂੰ ਰਿਵਰਸ ਕਰ ਦੇਣਾ ਆ ਉਸ ਦੇ ਸਬੰਧ ਦੇ ਵਿੱਚ ਉਸਨੇ ਆਪਣਾ ਪ੍ਰੋਟੈਸਟ ਫਾਈਲ ਕੀਤਾ ਸੀ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਨੇ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਜਿਹੜਾ ਆ ਉੱਥੋਂ ਲਾਇਆ ਤੇ ਉਹਦੇ ਹੁਣ ਦੋ ਚਾਰਜਸ ਲਾਏ ਗਏ ਆ ਇੱਕ ਮਿਸਟਮੀਨਰ ਦਾ ਇੱਕ ਟ੍ਰੈਸ ਪਾਸਿੰਗ ਦਾ ਤੇ ਰਜਿਸਟ੍ਰਿੰਗ ਪੁਲਿਸ ਇਨਵੈਸਟੀਗੇਸ਼ਨ ਜੀ ਸੋ ਉਸ ਮਾਮਲੇ ਦੇ ਵਿੱਚ ਵੀ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਗੇ ਸੁਪਰੀਮ ਕੋਰਟ ਦਾ ਜਿਹੜੇ ਜਸਟਿਸ ਦਾ ਡਰਾਫਟ ਲੀਕ ਹੋਇਆ ਆ ਉਸ ਦੇ ਵਿੱਚ ਵਿਵਾਦ ਜਿਹੜਾ ਉਹ ਜ਼ਰੂਰ ਇਸ ਟਾਈਮ ਭਾਖਿਆ ਵੀ ਕਿੰਨੇ ਅਲੀਕਿਤਾ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਪਈਆਂ ਨੇ ਜਸਟਿਸ ਰੌਬਰਟਸ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਵੀ ਇਹ ਜਿਹੜਾ ਡਰਾਫਟ ਲੀਕ ਹੋਇਆ ਉਹਨਾਂ ਦਾ ਹੀ ਲਿਖਿਆ ਆ ਤੇ ਜਾਂਚ ਦੇ ਜਿਹੜੇ ਆਦੇਸ਼ ਆ ਉਹਨਾਂ ਨੇ ਆਲਰੇਡੀ ਇਸ ਬਾਬਤ ਦੇ ਦਿੱਤੇ ਆ ਪਰ ਇਸ ਟਾਈਮ ਪੂਰਾ ਗਹਿਗਾ ਮੁਕਾਬਲਾ ਜਿਹੜਾ ਉਹ ਹੋ ਰਿਹਾ ਆ ਪ੍ਰੋ ਲਾਈਫ ਤੇ ਜਿਹੜੀ ਪ੍ਰੋ ਚੋਇਸ ਆ ਉਹ ਦੋਨੋਂ ਹੀ ਕਹਿ ਸਕਦੇ ਆਂ ਵੀ ਐਕਟਿਵਿਸਟ ਉਹਨਾਂ ਦੋਨਾਂ ਦੇ ਉਹਨਾਂ ਦੇ ਦਰਮਿਆਨ ਬਹੁਤ ਸਾਰੀਆਂ ਜਿਹੜੀਆਂ ਔਰਤ ਸੈਨੇਟਰਸ ਹੈਗੀਆਂ ਆ ਉਹਨਾਂ ਨੇ ਵੀ ਪ੍ਰੋ ਚੁਆਇਸ ਦੀ ਇਸ ਦੇ ਵਿੱਚ ਗੱਲ ਕੀਤੀ ਜਿੰਨਾਂ ਚ ਐਲਿਜ਼ਾਬੈਥ ਵਾਰਨ ਵੀ ਜਿਹੜੀ ਉਹ ਸ਼ਾਮਿਲ ਆ ਉਧਰ ਸੈਨੇਟਰਸ ਕਾਲਿਨਸ ਤੇ ਸੈਨੇਟਰ ਮਰਕੋਸਕੀ ਉਹਨਾਂ 'ਤੇ ਦਬਾਅ ਪਾਇਆ ਜਾ ਰਿਹਾ ਵੀ ਉਸ ਟਾਈਮ ਦੇ ਤੇ ਜਿਹੜੇ ਕੈਬਿਨਾਟ ਤੇ ਦੂਜੇ ਟਰੰਪ ਅਪਾਇੰਟਡ ਜਸਟਿਸਸ ਆ ਉਹਨਾਂ ਨੇ ਤਾਂ ਇਹ ਕਿਹਾ ਸੀਗਾ ਇਹਨਾਂ ਦਾ ਸਾਥ ਸਦੋ ਦਿੱਤਾ ਸੀ ਇਹਨਾਂ ਸੈਨੇਟਰਸ ਨੇ ਵੀ ਉਹਨਾਂ ਦੇ ਤੇ ਇਹ ਕਿਹਾ ਸੀਗਾ ਵੀ ਰੋ ਵਰਸਸ ਵੇਡ ਜਿੱਦਾਂ ਹੈਗਾ ਆ ਉਦ ਨਹੀਂ ਰਹਿਣਾ ਚਾਹੀਦਾ ਆ ਉਸ ਦੇ ਵਿੱਚ ਉਹ ਸੈਟਲਡ ਲਾ ਆ ਪਰ ਹੁਣ ਆਪਣੀਆਂ ਕਈਆਂ ਗੱਲਾਂ ਤੋਂ ਉਹ ਮੁਕਰ ਰਹੇ ਆ ਉਹ ਪਿੱਛੇ ਨੂੰ ਜਿਹੜਾ ਉਹ ਜਾ ਰਹੇ ਆ ਸੋ ਸੂਜ਼ਨ ਕੋਲਿੰਸ ਨੇ ਵੀ ਇਹ ਜਿਹੜਾ ਮੁੱਦਾ ਹੈ ਉਹ ਚੱਕਿਆ ਸੀਗਾ ਪਰ ਇਸ ਟਾਈਮ ਸਿਆਸਤ ਜਿਹੜੀ ਅਬੋਰਸ਼ਨ ਲਾਜ਼ ਨੂੰ ਲੈ ਕੇ ਕਾਫੀ ਜ਼ਿਆਦਾ ਪੱਕ ਚੁੱਕੀ ਹੈਗੀ ਆ ਸੋ ਹੋਰ ਵੀ ਬਹੁਤ ਸਾਰੇ ਜਿਹੜੇ ਸੂਬੇ ਆ ਇਦਾਂ ਦੇ ਟ੍ਰਿਗਰ ਲਾਜ਼ ਜਿਹੜੇ ਹੁਣ ਬਣਾ ਸਕਦੇ ਆ ਜੇ ਰੋ ਵਰਸਸ ਵੇਡ ਕਰਾਪ ਹੁੰਦਾ ਆ ਉਸ ਨੂੰ ਓਵਰਟਰਨ ਕੀਤਾ ਜਾਂਦਾ ਹੈ ਤੇ ਫਿਰ ਸੂਬਿਆਂ ਦੇ ਕੋਲ ਅਧਿਕਾਰ ਜਿਹੜਾ ਉਹ ਹੋਵੇਗਾ ਆਪੋ ਆਪਣੇ ਪੱਦਰ ਦੇ ਹਿਸਾਬ ਦੇ ਨਾਲ ਅਬੋਰਸ਼ਨ ਦੇ ਕਾਨੂੰਨ ਬਣਾਉਣ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਨੇ ਨਿਊਜ਼ਸਮ ਵੀ ਇਸ ਰੌੜੇ ਡੱਪੇ ਦੇ ਵਿੱਚ ਖੁੱਦੇ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਸੂਬੇ ਦੇ ਵਿੱਚ ਜਿਹੜਾ ਅਬੋਰਸ਼ਨ ਦਾ ਹੱਕ ਆ ਉਸ ਨੂੰ ਇਸੇ ਤਰੀਕੇ ਦੇ ਨਾਲ ਬਰਕਰਾਰ ਰੱਖਾਂਗੇ